ਤੁਹਾਡੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੁਸੀਂ ਜ਼ਖਮੀ ਹੋ ਜਾਂਦੇ ਹੋ ਉਸ ਦਿਨ ਹੋਇਆ ਕੀ ਸੀਗਾ ਉਸ ਦਿਨ ਅਸੀਂ ਪੀਸਫੁਲੀ ਖੜੇ ਸੀਗੇ ਅੱਗੇ ਉਸ ਦਿਨ ਸਾਡੀ ਦਿੱਲੀ ਜਾਣ ਦੀ ਕਾਲ ਸੀਗੀ ਔਰ ਸਾਰੇ ਪੀਸਫੁਲ ਖੜੇ ਸੀਗੇ ਬਸ ਕੁਝ ਮੁੰਡੇ ਗੁੱਡੀ ਢਾ ਰਹੇ ਸੀਗੇ ਪਤੰਗ ਢਾ ਰਹੇ ਸੀ ਪਤੰਗ ਢਾ ਰਹੇ ਸੀਗੇ ਉਹ ਪੈਲੀ ਦੇ ਵਿੱਚ ਔਰ ਫਿਰ ਕੀ ਕੀਤਾ ਉਧਰੋਂ ਆਪਣੇ ਗਲਤ ਇਸ਼ਾਰੇ ਕਰ ਰਹੇ ਸੀਗੇ ਅੱਗੋਂ ਪੁਲਸ ਵਾਲੇ ਤੇ ਫਿਰ ਇਧਰੋਂ ਵੀ ਗੁੱਸਾ ਚੜਦਾ ਆ ਫਿਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਅੱਗੋਂ ਵੀ ਹੂਟਿੰਗ ਕੀਤੀ ਵੀ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ ਫਿਰ ਉਹਨਾਂ ਨੇ ਅੱਗੋਂ ਪਾਣੀ ਛੁੱਟਿਆ ਔਰ ਫਿਰ ਮੇਰੀ ਰਾਈਟ ਹੈਂਡ ਸਾਈਡ ਦੇ ਉੱਤੇ ਇੱਕ ਵੀਰ ਸੀਗਾ ਜਿਹਦਾ ਟਰੈਕਟਰ ਸੀਗਾ ਜਿੱਤੋਂ ਉਹਨੇ ਪਾਣੀ ਛੁੱਟਿਆ ਇਹਨਾਂ ਨੂੰ ਅੱਗੋਂ ਜਦ ਕਿ ਪਾਣੀ ਜਿਹੜਾ ਆ ਸਾਡਾ ਡਿਸਟੈਂਸ ਇਹਨਾਂ ਜ਼ਿਆਦਾ ਸੀਗਾ ਕਿ ਪਾਣੀ ਵਿੱਚੇ ਹੀ ਖਤਮ ਹੋ ਰਿਹਾ ਸੀਗਾ ਇੱਕ ਦੂਜੇ ਦੇ ਉੱਤੇ ਪੈ ਨਹੀਂ ਰਿਹਾ ਸੀ ਕਿਸਾਨਾਂ ਵੱਲੋਂ ਪਾਣੀ ਛੁੱਟਿਆ ਜਾ ਰਿਹਾ ਸੀ ਹਾਂ ਪਹਿਲੋਂ ਉਹਨਾਂ ਵੱਲੋਂ ਪਹਿਲੋਂ ਉਹਨਾਂ ਵੱਲੋਂ ਛੁੱਟਿਆ ਗਿਆ ਫਿਰ ਕਿਸਾਨਾਂ ਵੱਲੋਂ ਹਾਂ ਪਹਿਲੋਂ ਉਹਨਾਂ ਵੱਲੋਂ ਪਾਣੀ ਛੁੱਟਿਆ ਗਿਆ ਫਿਰ ਕਿਸਾਨਾਂ ਵੱਲੋਂ ਪਾਣੀ ਛੁੱਟਿਆ ਗਿਆ ਪਾਣੀ ਬਟ ਉੱਥੋਂ ਤੱਕ ਨਹੀਂ ਪਹੁੰਚ ਰਿ ਫਿਰ ਅਸੀਂ ਖੜੇ ਸੀਗੇ ਫਿਰ ਇਹਨਾਂ ਨੇ ਸ਼ੈਲਿੰਗ ਕਰਨੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਨੇ ਬੌਮ ਸੁੱਟਨੇ ਸ਼ੁਰੂ ਕਰ ਦਿੱਤੇ ਅਸੀਂ ਗੇਂਕ ਵਧਨ ਦੀ ਕੋਸ਼ਿਸ਼ ਕਰ ਰਹੀ ਸੀ ਨਹੀਂ ਪੀੜ ਬਿਲਕੁਲ ਅਸੀਂ ਦੇਖਿਆ ਕਿ ਕੁਝ ਮੁੰਡੇ ਜਿਹੜੇ ਨੇ ਜਿਹੜਾ ਕਿਹਾ ਜਾਂਦਾ ਨੌਜਵਾਨ ਨੇ ਉਹ ਕਿਤਨਾ ਕਿਤੇ ਅੱਗੇ ਵਧਨ ਦੀ ਕੋਸ਼ਿਸ਼ ਕਰਦੇ ਨਹੀਂ ਨਹੀਂ ਕੋਈ ਅੱਗੇ ਨਹੀਂ ਵਧਨ ਦੀ ਕੋਸ਼ਿਸ਼ ਕਰ ਰਿਹਾ ਸੀਗੇ ਅਸੀਂ ਪੀਸਫੁਲ ਖੜੇ ਸੀਗੇ ਔਰ ਇਹਨਾਂ ਨੇ ਸ਼ੈਲਿੰਗ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਪਿੱਛੇ ਨੂੰ ਭੱਜੇ ਫਿਰ ਇਹਨਾਂ ਨੇ ਡਰੋਨ ਦੇ ਥਰੂ ਵੀ ਆਸੂ ਗੈਸ ਦੇ ਗੋਲੇ ਹਾਂ ਜੋ ਗੈਸ ਦੇ ਗੋਲੇ ਛੱਡੇ ਹਾਂ ਔਰ ਉਸ ਦੇ ਥਰੂ ਇਹਨਾਂ ਨੇ ਫਾਇਰਿੰਗ ਵੀ ਕੀਤੀ ਪੈਲੇਟ ਗਨ ਸੀ ਗਿਆ ਹਾਂ ਇਹਨਾਂ ਨੇ ਫਾਇਰਿੰਗ ਕੀਤੀ ਜਿਹੜੇ ਉਹ ਉਹਨਾਂ ਦੇ ਜਿਹੜੇ ਹੁੰਦੇ ਨਾ 12 ਬੋਰ ਦੇ ਜਿਹੜੇ ਉਹ ਕਵਰਸ ਵੀ ਹੁੰਦੇ ਆ ਗੋਲੀਆਂ ਦੇ ਉਹ ਵੀ ਥੱਲੇ ਡਿੱਗੇ ਸਾਨੂੰ ਮਿਲੇ ਆ ਇਹਨਾਂ ਨੇ ਫਾਇਰਿੰਗ ਕੀਤੀ ਐ ਔਰ ਬਹੁਤ ਜ਼ਿਆਦਾ ਖੜਾਕ ਸੀਗਾ ਔਰ ਜਦੋਂ ਅਸੀਂ ਪਿੱਛੇ ਭੱਜ ਰਹੇ ਸੀਗੇ ਉਦੋਂ ਮਤਲਬ ਜਦੋਂ ਮੇਰੇ ਆਲੇ ਦੁਆਲੇ ਡਿੱਗੇ ਉਹ ਧੂਆਂ ਜਿਹਾ ਹੋਇਆ ਉਹਦੇ ਨਾਲ ਸਭ ਤੋਂ ਪਹਿਲੋਂ ਤੇ ਸਾਡੀਆਂ ਅੱਖਾਂ ਮਚਣੀਆਂ ਸ਼ੁਰੂ ਹੋ ਗਈਆਂ ਜਿਵੇਂ ਮਿਰਚਾਂ ਭਾਈਆਂ ਹੁੰਦੀਆਂ ਆ ਮੇਰੀ ਸਕਿਨ ਮੈਨੂੰ ਨਹੀਂ ਪਤਾ ਸੀਗਾ ਕਿ ਮੂੰਹ ਖੋਲ ਕੇ ਸਾਹ ਨਹੀਂ ਲੈਣਾ ਮੂੰਹ ਖੋਲ ਕੇ ਸਾਹ ਲਿਆ ਤੇ ਉਹ ਸਾਹ ਆਣਾ ਬੰਦ ਹੋ ਗਿਆ ਮਤਲਬ ਸਾ ਨਹੀਂ ਆ ਰਿਹਾ ਸੀ ਕਿ ਹਜੇ ਵੀ ਮਤਲਬ ਮੈਂ ਜਿਆਦਾ ਦੇਰ ਤੱਕ ਗੱਲ ਕਰਾਂ ਤੇ ਮੈਨੂੰ ਸਾਰ ਜਾੜ ਜਾਂਦਾ ਆ ਮਤਲਬ ਇੰਨੀ ਅਫੈਕਟਿਵ ਤੇ ਜਰੀਲੀ ਗੈਸ ਆ ਉਹ ਮੇਰੇ ਨਾਲ ਬਜ਼ੁਰਗ ਸੀਗੇ ਜਿਹੜੇ ਅੱਗੇ ਖੜੇ ਸੀਗੇ ਉਹ ਮੇਰੇ ਨਾਲ ਆ ਰਹੇ ਸੀਗੇ ਤੇ ਉਹਨਾਂ ਦੇ ਪੈਰ ਦੇ ਵਿੱਚ ਆਸੂ ਗੈਸ ਦਾ ਗੋਲਾ ਡਿੱਗਿਆ ਔਰ ਉਹਨਾਂ ਨੇ ਪਰੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਪਜਾਮਾ ਸਾਰਾ ਫਟ ਗਿਆ ਚੱਪਲ ਉਹਨਾਂ ਦੀ ਉੱਡ ਗਈ ਉਹਦੇ ਜਿਹੜੇ ਸ਼ਿਰੇ ਆ ਮੇਰੇ ਪੈਰ ਤੇ ਵੀ ਲੱਗ ਗਏ ਬਟ ਉਸ ਟਾਈਮ ਦੇ ਉੱਤੇ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਮਤਲਬ ਮੇਰੇ ਪੈਰ ਤੇ ਵੀ ਸਾਟ ਲੱਗੀ ਐ ਮੈਨੂੰ ਸਾਹ ਹੀ ਨਹੀਂ ਆ ਰਿਹਾ ਸੀਗਾ ਮੇਰੀ ਅੱਖਾਂ ਮੱਚ ਰਹੀਆਂ ਸੀਗੀਆਂ ਮੈਂ ਪਾਣੀ ਅਸੀਂ ਲੱਭ ਰਹੇ ਸੀਗੇ ਕਿ ਪਾਣੀ ਲੱਭ ਜੇ ਕਿਤੇ ਐ ਲੱਗ ਰਿਹਾ ਸੀਗਾ ਜਿਵੇਂ ਤੁਸੀਂ ਭਾਰਤ ਦੇ ਵਿੱਚ ਨਹੀਂ ਹੋਇਆ ਲੱਗਦਾ ਸੀਗਾ ਜਿਵੇਂ ਤੁਸੀਂ ਪਤਾ ਨਹੀਂ ਕਿੱਥੋਂ ਦੀ ਇਰਾਕ ਦੀ ਲੜਾਈ ਚ ਭੱਜ ਰਹੇ ਹੋ ਪਾਣੀ ਲੱਭ ਰਹੇ ਹੋ ਬੇਸਿਕਲੀ ਮੇਰੀ ਜ਼ਿੰਦਗੀ ਦਾ ਫਰਸਟ ਐਕਸਪੀਰੀਅੰਸ ਆ ਕਿ ਮੈਂ ਆਸੂ ਗੈਸ ਦਾ ਗੋਲਾ ਦਾ ਸਾਹਮਣਾ ਕੀਤਾ ਇਨਫੈਕਟ ਮੈਂ ਪਿਛਲੇ ਅੰਦੋਲਨ ਚ ਵੀ ਸੀ ਬਟ ਉੱਥੇ ਅਸੀਂ ਪਾਣੀ ਦੇ ਬੁਸ਼ਾਰਾ ਜ਼ਰੂਰ ਸਹੀਆਂ ਨੇ ਬਟ ਆਸੂ ਗੈਸ ਦਾ ਗੋਲਾ ਮੈਂ ਕਦੀ ਨਹੀਂ ਸਿਆ ਮੈਂ ਪਹਿਲੀ ਵਾਰੀ ਹੋਇਆ ਆ ਔਰ ਇਹ ਬਹੁਤ ਖਤਰਨਾਕ ਆ ਔਰ ਮੈਨੂੰ ਲੱਗਦਾ ਨਹੀਂ ਹੈ ਕਿ ਇਸ ਤਰੀਕੇ ਦਾ ਇਹਨਾਂ ਨੂੰ ਕਰਨਾ ਚਾਹੀਦਾ ਆ ਕਿਉਂਕਿ ਫਾਰਮਰਸ ਪੀਸਫੁਲ ਪ੍ਰੋਟੈਸਟ ਕਰ ਰਹੇ ਹੋ ਉਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਉਹਨਾਂ ਕੋ ਸਿਫ ਇੱਕ ਜੰਡਾ ਆ ਤੇ ਡੰਡਾ ਆ ਤੇ ਇਹਨਾਂ ਦੇ ਕੋਲ ਰਾਈਫਲਸ ਵੀ ਨੇ ਬੰਬਵੀ ਨੇ ਗੋਲੀਆਂ ਵੀ ਚਲਾ ਰਹੇ ਨੇ ਕਿੰਨਾ ਕੁਛ ਕਰ ਰਹੇ ਨੇ ਫਿਰ ਇਹ ਸਾਨੂੰ 테러ਰਿਸਟ ਕਹਿੰਦੇ ਨੇ 테러ਰਿਸਟ ਇਹ ਖੁਦ ਨੇ ਜਿਹੜੀਆਂ ਗੋਲੀਆਂ ਚਲਾ ਰਹੇ ਨੇ